ਨਰਮਾ ਪੱਟੀ 'ਚ ਚਿੱਟੀ ਮੱਖੀ ਅਤੇ ਪੂਰੀ ਜੂ ਉੱਪਰ ਦਵਾਈਆਂ ਦਾ ਛਿੜਕਾਅ ਬੇਅਸਰ ਹੋਣ 'ਤੇ ਫਸਲ ਦਾ ਭਾਰੀ ਨੁਕਸਾਨ ਹੋ ਰਿਹਾ। ਦੱਸ ਦੇਈਏ ਕਿ ਮਾਨਸਾ ਜ਼ਿਲ੍ਹੇ ਦੇ ਥਾਣਾ ਜੋਗਾ ਦੀ ਪੁਲਿਸ ਨੇ ਵੱਡੀ ਮਾਤਰਾ 'ਚ ਮਿਆਦ ਪੁੱਗ ਚੁੱਕੀਆਂ ਕੀਟਨਾਸ਼ਕ ਦਵਾਈਆਂ ਨਾਲ ਭਰੇ ਇੱਕ ਆਟੋ ਨੂੰ ਕਾਬੂ ਕੀਤਾ। ਪੁਲਿਸ ਨੇ ਆਟੋ ਚਾਲਕ ਦੇ ਖਿਲਾਫ਼ ਮਾਮਲਾ ਦਰਜ ਕਰਕੇ ਦਵਾਈਆਂ ਦੇ ਅਸਲ ਮਾਲਕ ਦੀ ਪੜਤਾਲ ਕਰਨੀ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਇਹਨਾਂ ਦਵਾਈਆਂ ਦਾ ਕੋਈ ਬਿੱਲ ਆਟੋ ਚਾਲਕ ਕੋਲ ਨਹੀਂ ਸੀ। ਥਾਣਾ ਜੋਗਾ ਦੇ ਮੁਖੀ ਅਜੇ ਕੁਮਾਰ ਨੇ ਦੱਸਿਆ ਕਿ ਆਟੋ ਚਾਲਕ ਇਹ ਦਵਾਈ ਬਰਨਾਲਾ ਦੇ ਅਰੋੜਾ ਕੈਮੀਕਲਸ ਅਤੇ ਹੰਡਿਆਇਆ ਤੋਂ ਰਜੇਸ਼ ਐਗਰੋ ਤੋਂ ਲੈ ਕੇ ਮਾਨਸਾ ਆ ਰਿਹਾ ਸੀ। ਖੁਫੀਆ ਸੂਚਨਾ ਮਿਲੀ ਸੀ ਜਿਸ ਸੰਬੰਧੀ ਸਾਨੂੰ ਜਿਹੜੀ ਹੈ ਸੀ ਕਿ ਭੂਸ਼ਣ ਕੁਮਾਰ ਮਾਨਸਾ ਦਾ ਰਹਿਣ ਵਾਲਾ ਇਹ ਸਾਰੀਆਂ ਦਵਾਈਆਂ ਬਰਨਾਲੇ ਤੋਂ ਲੈ ਕੇ ਮਾਨਸਾ ਦੇ ਪਿੰਡਾਂ 'ਚ ਇਸ ਏਰੀਏ 'ਚ ਵੇਚ ਲਿਆ ਅਤੇ ਜਿਸ ਸੰਬੰਧੀ ਅਸੀਂ ਨਾਕਾਬੰਦੀ ਕੀਤੀ ਅਤੇ ਨਾਕਾਬੰਦੀ ਦੀ ਇਹਨੂੰ ਰਾਊਂਡਅਪ ਕੀਤਾ ਜਿਸ ਦੇ ਵਿੱਚ ਸਾਨੂੰ ਕਰੀਬ 74 ਲੀਟਰ ਐਕਸਪਾਇਰਡ ਹੋ ਗਈਆਂ ਦਵਾਈਆਂ ਪੈਸਟੀਸਾਈਡਸ ਇਸ ਤੋਂ ਬਰਾਮਦ ਹੋਏ ਅਤੇ ਅੱਜ ਇਹਦਾ ਅਸੀਂ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਲਵਾਂਗੇ ਜਿਹਦੇ ਵਿੱਚ ਅਸੀਂ ਹੋਰ ਡੂੰਘਾਈ ਨਾਲ ਪੜਤਾਲ ਕਰਾਂਗੇ ਕਿ ਇਹਦਾ ਸੋਰਸ ਕੀ ਸੀਗਾ ਕਿੱਥੋਂ ਲਿਆਉਂਦਾ ਕਿਉਂਕਿ ਜਿਹੜੇ ਬੰਦੇ ਤੋਂ ਲਿਆਉਂਦਾ ਉਹ ਵੀ ਨਾਮ ਨਹੀਂ ਜਿਹੜੀ ਇਸ ਦੇ ਦੱਸ ਸਾਨੂੰ ਸੂਚਨਾ ਮਿਲ ਰਹੀ ਸੀ ਜਿਸ ਮੁਤਾਬਕ ਰਾਜੇਸ਼ ਐਗਰੋ ਬਰਨਾਲਾ ਅਤੇ ਭੋਲਾ ਅਰੋੜਾ ਕੈਮੀਕਲਸ ਅਰੋੜਾ ਕੈਮੀਕਲਸ ਬਰਨਾਲਾ ਇਹਦੇ ਨਾਲ ਇਹਨੂੰ ਦਿੰਦੇ ਸਮਾਨ ਅੱਗੇ ਇਹ ਬੀਜ ਹੈ। ਮਿਆਦ ਦੇ ਵਿੱਚ ਅਸੀਂ ਕਰੀਬ 40 ਕਿਲੋ ਫੜੀ ਹੈ ਜਿਸ ਸੰਬੰਧੀ ਅਸੀਂ ਖੇਤੀਬਾੜੀ ਮਹਿਕਮੇ ਨਾਲ ਤਾਲਮੇਲ ਕਰਕੇ ਉਸ ਸੰਬੰਧੀ ਸੈਂਪਲਿੰਗ ਕਰਾ ਕੇ ਉਹਨਾਂ ਦਾ ਦੇਖ ਰਹੇ ਵੀ ਅੱਗੇ ਜੋ ਵੀ ਰਿਪੋਰਟ ਆਊਗੀ ਉਸ ਨਾਲ ਕਰਾਂਗੇ। ਉਹਨਾਂ ਦੱਸਿਆ ਕਿ ਦੋਸ਼ੀ ਦਾ ਰਿਮਾਂਡ ਹਾਸਲ ਕਰਕੇ ਗਹਿਰਾਈ ਨਾਲ ਜਾਂਚ ਕੀਤੀ ਜਾਵੇਗੀ ਕਿ ਇਸਨੇ ਇਹ ਦਵਾਈ ਕਿਸ ਨੂੰ ਵੇਚਣੀ ਸੀ। ਸਪੋਕਸਮੈਨ ਟੀਵੀ ਦੇ ਲਈ ਮਾਨਸਾ ਤੋਂ ਕੁਲਜੀਤ ਸਿੰਘ ਸਿੱਧੂ ਦੀ ਰਿਪੋਰਟ।